ਨਵੀਂ ਸ਼ੁਰੂਆਤ ਖੂਨਦਾਨ ਕੈਂਪ ਵੀ ਲਗਾਇਆ ਗਿਆ ਤੇ ਬੂਟੇ ਵੰਡੇ ਵੀ ਗਏ ਨੇ ਬਾਕੀ ਬੂਟੇ ਲਗਾ ਵੀ ਰਹੋ ਕਿਵੇਂ ਦਾ ਸੰਦੇਸ਼ ਵੀ ਵੀ ਦੇਣਾ ਚਾਹੁੰਦੇ ਤੁਸੀਂ ਹਲਕਾ ਨਾਬਾਜਾ ਪੂਰੇ ਪੰਜਾਬ ਦੇ ਵਸੀਆਂ ਨੂੰ ਅਰੇ ਮੈਂ ਨਹੀਂ ਕਹਿੰਦਾ ਕਿ ਅਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹਾਂ ਪਰ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇੱਕ ਜਿਹੜਾ ਟ੍ਰੈਡੀਸ਼ਨਲ ਜਾਂ ਹੈਪੀ ਬਰਥਡੇ ਬਣ ਗਿਆ ਨਾ ਜੀ ਕਿ ਫੋਟਲਾਂ 'ਚ ਵੱਡੇ ਵੱਡੇ ਨੇ ਖਰਚੇ ਵੀ ਉਹ ਤੋਂ ਆਪਾਂ ਨੂੰ ਨਿਯਾਤ ਕਰਕੇ ਸਿੰਪਲ ਸਿਟੀ ਬੰਵੇਂ ਤੁਸੀਂ ਕਬੂਟਾ ਲਾਓ ਸਰ ਆਪਣੇ ਜਨਮ ਦਿਨ ਤੇ ਬੂਟਾ ਜਰੂਰ ਲਾਓ ਤਾਂ ਕਿ ਤੁਹਾਡੀ ਯਾਦ ਜਿਹੜੀ ਆ ਬਣੀ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਸਾਡੀ ਸਰਕਾਰ ਉਹ ਹਰਿਆ ਭਰਿਆ ਪੰਜਾਬ ਕਰਾਂਗੇ ਬਹੁਤ ਜ਼ਿਆਦਾ ਬੂਟੇ ਲਗਾਏ ਜਾਣਗੇ ਇਹ ਵੀ ਕਿਹਾ ਜਾਂਦਾ ਸੀ ਬਹੁਤ ਲੱਖਾਂ ਬੂਟੇ ਲਗਾਏ ਵੀ ਗਏ ਨੇ ਨਾਬੇ ਵਿੱਚ ਕਿੰਨੇ ਕੁ ਬੂਟੇ ਲਗਾਏ ਨੇ ਇਸ ਤੋਂ ਪਹਿਲਾਂ ਤੁਸੀਂ ਇਸ ਵਾਰ ਆਪਾਂ ਤਾਂ ਨਾਰਮਲ ਧਰਤੀ ਦੀ ਗੱਲ ਕਰਦੇ ਨੇ ਪਹਾੜਾਂ ਦੇ ਵਿੱਚ ਵੀ ਜਿਹੜਾ ਬੂਟਾ ਸੁੱਕ ਜਾਂਦਾ ਜੀ ਕੈਨੇਡੀਅਨ ਗਵਰਨਮੈਂਟ ਉਹ ਬੂਟੇ ਦੀ ਜਗ੍ਹਾ ਹੋਰ ਬੂਟਾ ਲਾਉਂਦੀ ਹੈ ਔਰ ਸਪੈਸ਼ਲ ਜਿਵੇਂ ਉੱਚੇ ਪਹਾੜ ਨੇ ਹੈਲੀਕਾਪਟਰ ਤੇ ਲੇਬਰ ਨੂੰ ਲੈ ਕੇ ਜਾਂਦੀ ਆ ਬੂਟੇ ਲਾਉਂਦੇ ਨੇ ਫਿਰ ਵਾਪਸ ਲੈ ਕੇ ਆਉਂਦੇ ਇੰਨਾ ਤਸ਼द्दਦ ਕਰਦੇ ਆ ਬਲਕਿ ਕੈਨੇਡਾ ਦੇ ਵਿੱਚ ਬਹੁਤ ਜੰਗਲ ਨੇ ਤੇ ਐਵੇਂ ਤੁਸੀਂ ਤੰਜ ਕੱਸਦੇ ਹੁੰਦੇ ਤੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਉਹਨਾਂ ਦੇ ਵਿਰੁੱਧ ਵੀ ਲੜਿਓ ਤੁਹਾਡੇ ਹਲਕੇ ਦੇ ਨੇ ਕਿਵੇਂ ਲੱਗਦਾ ਉਹ ਤੁਸੀਂ ਤੰਜ ਕੱਸਦੇ ਸੀ ਕਿ ਬੂਟੇ ਬੇਸ ਤੇ ਜੀ ਬੂਟੇ ਪੱਟ ਤੇ ਬੂਟੇ ਨਵੇਂ ਨਹੀਂ ਲਾਏ ਕਰੋੜਾਂ ਬੂਟਾ ਸਰਕਾਰ ਨੇ ਕਾਂਗਰਸ ਨੇ ਕਹਿਤਾ ਵੀ ਲਾਤੇ ਵੀ ਪਰ ਕਾਗਜ਼ਾਂ 'ਚ ਲੱਗੇ ਉਹ ਨਹੀਂ ਲੱਗੇ ਹੁਣ ਤੁਹਾਡੀ ਸਰਕਾਰ 'ਚ ਲਾਮੋਗੇ ਜਦੋਂ ਸਾਧੂ ਚੋਰ ਮੈਂ ਤਾਂ ਕਹੂੰਗਾ ਜਦੋਂ ਬਾਹਰ ਆਇਆ ਨਾ ਜੇਲ੍ਹ ਤੋਂ ਕਈ ਉਹਦੇ ਚਮਚੇ ਕੜਛੀ ਆ ਪਤਿਲੇ ਵੱਡੇ ਵੱਡੇ ਮੂਰੇ ਹੋ ਹੋ ਲੱਡੂ ਬਣਦੇ ਸੀਗੇ ਤੇ ਐ ਕਰਦੇ ਸੀ ਜਿਵੇਂ ਪਤਾ ਨਹੀਂ ਬਰੀ ਹੋ ਕੇ ਆ ਗਿਆ ਅੱਜ ਗੁਜਰਾਤ ਦੇ ਵਿੱਚ ਜਿਹੜਾ ਗੁਜਰਾਤ ਮਾਡਲ ਦਿਖਾ ਕੇ ਮੋਦੀ ਸਾਹਿਬ ਦੋ ਵਾਰ ਪ੍ਰਧਾਨ ਮੰਤਰੀ ਬਣੇ ਜਦੋਂ ਉਹਦੀ ਹੁਣ ਪੋਲ ਖੁੱਲ ਰਹੀ ਆ ਨਾ ਜੀ ਤਾਂ ਮੋਦੀ ਸਾਹਿਬ ਨੂੰ ਉੱਥੇ ਮੂੰਹ ਦਿਖਾਉਣ ਲਈ ਔਖਾ ਹੋਣਾ ਪੈਰੇ ਬੀਜੇਪੀ ਦਾ ਪੀਕ ਟਾਈਮ ਗਿਆ ਇਸ ਤੋਂ ਉੱਪਰ ਬੀਜੇਪੀ ਨਹੀਂ ਜਾ ਸਕਦੀ ਦੋ ਵਾਰ ਪ੍ਰਾਇਮ ਮਿਨਿਸਟਰ ਬਣਾਤਾ ਪੂਰੇ ਦੇਸ਼ ਦੇ ਵਿੱਚ ਏਡਾ ਵੱਡਾ ਮੈਂਡਟ ਦਿੱਤਾ ਔਰ ਕੀਤਾ ਕੱਖ ਨਹੀਂ। ਐਸੇ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਭਾਜਪਾ ਪੰਜਾਬ 'ਚ ਬਿਲਕੁਲ ਨਹੀਂ ਸੀ। ਤਾਂ ਸੋਖੀ ਆਮ ਆਦਮੀ ਪਾਰਟੀ ਜਿੱਤ ਗਈ ਵੀ ਪਤਾ ਤਾਂ ਹੁਣ ਲੱਗਣਾ ਜੀ ਜਦੋਂ ਗੁਜਰਾਤ 'ਚ ਕਿਉਂਕਿ ਗੁਜਰਾਤ ਭਾਜਪਾ ਦਾ ਗੜਾ ਵੀ ਇੱਥੇ ਕਿਤੇ ਨਾ ਕਿਤੇ ਇਹ ਨਹੀਂ ਹੋਊਗਾ ਜੋ ਪੰਜਾਬ 'ਚ ਹੋਊਗਾ। ਅੱਗੇ ਵੀ ਕਿੰਨੇ ਐਮਐਲਏ ਆਏ ਨੇ ਜੀ, ਮੰਤਰੀ ਵੀ ਬਣੇ ਨੇ ਜੀ। ਕਿ ਨਾਬੇ ਦਾ ਫਿਰ ਵਿਕਾਸ ਕਿਉਂ ਨਹੀਂ ਹੋਇਆ ਜੀ? ਸੀਵਰੇਜ ਦਾ ਕੰਮ ਨਹੀਂ ਹੋਇਆ, ਟ੍ਰੈਫਿਕ ਦੀ ਸਮੱਸਿਆ ਇੱਥੇ ਆ, ਕਿਲੇ ਦੀ ਸਾਮ ਸੰਭਾਲ ਨਹੀਂ ਕੀਤੀ, ਕੂੜਾ ਸੜਕਾਂ ਦੇ ਰੁ ਮੇਰੇ ਵਰਗਾ ਇੱਕ ਨਾਰਮਲ ਬੰਦਾ ਮੈਂ ਐਮਐਲਏ ਆ ਨਾਬੇ ਤੋਂ ਪਰ ਮੈਂ ਕਿਰਾਏ ਤੇ ਰਹਿਣਾ ਜੀ ਚੰਦਰਮਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਰਜਿੰਦਰਾ ਹਸਪੀਟਲ ਦੀ ਕੰਧ ਲੱਗਦੀ ਉਹਨਾਂ ਦੇ ਨਾਲ ਕਦੇ ਆਏ ਨੇ ਰਜਿੰਦਰਾ ਹਸਪੀਟਲ 'ਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਿਨਾਂ ਦੱਸਿਆਂ ਤੋਂ ਉਹਨਾਂ ਨੇ ਆ ਕੇ ਜਦੋਂ ਚੈੱਕ ਕੀਤਾ ਤੁਸੀਂ ਵੀਡੀਓ ਵੀ ਦੇਖਿਆ ਨੇ ਇਹਨਾਂ ਦਾ ਇੱਕ ਰੰਗ ਦਾ ਗੁਲਦਸਾ ਸੀ ਬੀਜੇਪੀ ਕਾਂਗ ਬੀਫ ਕੋ ਤਰ੍ਹਾਂ ਦੇ ਉਹੀ ਚਿਹਰੇ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਆਮਾ ਦੀ ਪਾਰਟੀ ਦਾ ਗੁਲਦਸਾ ਬਿਲਕੁਲ ਫਰੈਸ਼ਰ ਰੰਗ ਬਰੰਗੇ ਫੁੱਲ ਨੇ ਕੋਈ ਚਿੱਟਾ ਕੋਈ ਨੀਲਾ ਕੋਈ ਪੀਲਾ ਉਹ ਸੋਹਣਾ ਵੀ ਲੱਗਦਾ ਸੋ ਅਸੀਂ ਸਾਰੇ ਜਿਹੜੇ ਆ ਉਹ ਅਸੀਂ ਬਿਲਕੁਲ ਫਰੈਸ਼ ਆ ਜਦੋਂ ਇੱਕ ਗੱਲ ਮੈਂ ਅਕਸਰ ਕਹਿੰਦਾ ਕਿ ਬਦਲਾਅ ਦੇ ਵਿੱਚ ਨਾ ਤਬਦੀਲੀ ਦੇ ਵਿੱਚ ਹਮੇਸ਼ਾ ਲੋਕਾਂ ਦਾ ਫਾਇਦਾ ਜਿਹੜੇ ਕਾਂਗਰਸ ਦੇ ਵਿੱਚ ਮਨਿਸਟਰ ਰਹੇ ਸੀ ਬੀਜੇਪੀ ਚਲੇ ਗਏ ਉਹਨਾਂ ਦਾ ਖੋਟਾ ਉਤਰ ਗਿਆ ਨਾ ਜੀ ਕਿਹੜਾ ਮੂੰਹ ਲੈ ਕੇ ਪੰਜਾਬ ਚ ਘੁੰਮਣਗੇ ਜਿਹੜੇ ਤੁਸੀਂ ਕਹਿੰਦੇ ਹੋ ਨਾ ਬੀਜੇਪੀ ਕਿਹੜੀ ਬੀਜੇਪੀ ਜੀ ਇਹ ਤਾਂ ਸਕ੍ਰੈਬ ਆ ਜੀ ਬਚਿਆ ਕੁਝਿਆ ਮਾਲ ਹੈ ਜੀ ਠੀਕ ਹੈ ਨਾ ਹੋਰ ਕਿਸੇ ਨੇ ਲਿਆ ਨਹੀਂ ਉੱਤਰ ਉੱਧਰ ਉੱਧਰ ਚਲੇ ਗਿਆ ਜੀ ਹੁਣ ਜਿਹੜਾ ਸੁੰਦਰ ਸ਼ਾਮ ਅਰੋੜਾ ਫੜਿਆ ਜੀ 50 ਲੱਖ ਰੁਪਏ ਨਾਲ ਇਹ ਕੌਣ ਹੈ ਜੀ ਬੀਜੇਪੀ ਵਾਲਾ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਨਾਬਾ ਚ ਮੌਜੂਦ ਹਾਂ ਨਾਬਾ ਚ ਹਲਕਾ ਨਾਬਾ ਤੋਂ ਐਮ ਐਲ ਏ ਗੁਰਦੇਵ ਸਿੰਘ ਦੇਮਾਨ ਦਾ ਅੱਜ ਜਨਮ ਦਿਨ ਹੈ ਜਿੱਥੇ ਤੁਹਾਨੂੰ ਤਸਵੀਰਾਂ ਦਿਖਾਉਣਾ ਹੈ ਕਿ ਬੂਟੇ ਲਗਾਏ ਜਾ ਰਹੇ ਨੇ ਕਿਉਂਕਿ ਆਪਣਾ ਜਨਮ ਦਿਨ ਮਨਾਉਣ ਮੌਕੇ ਐਮ ਐਲ ਏ ਗੁਰਦੇਵ ਸਿੰਘ ਮਾਨ ਬੂਟੇ ਲਗਾ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾਉਣਾ ਹੈ ਕੈਮਰਾਮੈਨ ਨੂੰ ਕਹਾਂਗੇ ਕਿ ਤਸਵੀਰਾਂ ਸਿੱਧੀਆਂ ਦਿਖਾਈਆਂ ਜਾਣ ਸੋ ਖੂਨਦਾਨ ਕੈਂਪ ਵੀ ਲਗਾਇਆ ਹੋਇਆ ਹੈ ਨਾਬੇ 'ਚ ਸੋ ਵੱਖਰੇ ਤਰੀਕੇ ਨਾਲ ਵੱਖਰਾ ਸੰਦੇਸ਼ ਵੀ ਦੇਣਾ ਚਾਹੁੰਦੇ ਨੇ ਮਾਨ ਸਾਹਿਬ ਸਭ ਤੋਂ ਪਹਿਲਾਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਮਿਹਰਬਾਨੀ ਜਿਹੜੇ ਜਨਮ ਦਿਨ ਦੀਆਂ ਦੁਆਵਾਂ ਦੇ ਰਹੇ ਨੇ ਵਿਸ਼ਵਾਸ ਕਰ ਰਹੇ ਨੇ ਪਰਮਾਤਮਾ ਨਾਲ ਚੜ੍ਹਦੀ ਕਲਾ 'ਚ ਰੱਖੇ ਬਿਲਕੁਲ ਮਾਨ ਸਾਹਿਬ ਨਵੀਂ ਸ਼ੁਰੂਆਤ ਖੂਨਦਾਨ ਕੈਂਪ ਵੀ ਲਗਾਇਆ ਗਿਆ ਤੇ ਬੂਟੇ ਵੰਡੇ ਵੀ ਗਏ ਨੇ ਬਾਕੀ ਬੂਟੇ ਲਗਾ ਵੀ ਰਹੇ ਹਾਂ ਕਿਵੇਂ ਦਾ ਸੰਦੇਸ਼ ਵੀ ਵੀ ਦੇਣਾ ਚਾਹੁੰਦੇ ਤੁਸੀਂ ਹਲਕਾ ਨਾਬਾ ਜਾ ਪੂਰੇ ਪੰਜਾਬ ਦੇ ਵਸੀਆਂ ਨੂੰ ਅੱਜ ਵਕਤ ਦੀ ਸਮੇਂ ਦੀ ਨਜਾਕਤ ਹੈ ਜੀ ਕਿ ਸਾਨੂੰ ਵਾਤਾਵਰਣ ਵਾਲੇ ਪਾਸੇ ਧਿਆਨ ਦੇਣ ਦੀ ਲੋੜ ਹੈ ਔਰ ਅਸੀਂ ਬਹੁਤ ਜਨਮ ਦਿਨਾਂ ਤੇ ਬਹੁਤ ਪੈਸਾ ਲਾਉਨੇ ਆ ਜੀ ਵੱਡੀਆਂ ਵੱਡੀਆਂ ਪਾਰਟੀਆਂ ਉਹਦਾ ਕਿਸੇ ਨੂੰ ਕੀ ਫਾਇਦਾ ਜੀ ਹਨਾ ਉਹ 2-4 ਘੰਟੇ ਆਪਣਾ ਇੰਜੋਏ ਕਰਕੇ ਖਾ ਪੀ ਕੇ ਚਲੇ ਗਏ ਵਾਤਾਵਰਣ ਲਈ ਬੂਟੇ ਲਾਉਣੇ ਔਰ ਜਿਹੜੇ ਲੋਕ ਨੇ ਖੂਨ ਪੱਖੋਂ ਜਿਨ੍ਹਾਂ ਦੀ ਜਾਨ ਜਾ ਰਹੀ ਹੈ ਉਹਨਾਂ ਲਈ ਖੂਨਦਾਨ ਕਰਨਾ ਤੇ ਇੱਕ ਅਸੀਂ ਲੰਗਰ ਲਾ ਰਹੇ ਹਾਂ ਜੀ ਲੰਗਰ ਗਰੀਬ ਜਿਹੜੇ ਲੋਕ ਨੇ ਉਹਨਾਂ ਵਾਸਤੇ ਤੇ ਅਸੀਂ ਇਹ ਪਰਾਲਾ ਨਿਰਮਾਣਾਂ ਦਾ ਕਰ ਰਹੇ ਹਾਂ ਮੈਂ ਨਹੀਂ ਕਹਿੰਦਾ ਕਿ ਅਸੀਂ ਕੋਈ ਬਹੁਤ ਵੱਡਾ ਕੰਮ ਕਰ ਰਹੇ ਹਾਂ ਪਰ ਇੱਕ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਇੱਕ ਜਿਹੜਾ ਟਰੈਡੀਸ਼ਨਲ ਜਾਂ ਹੈਪੀ ਬਰਥਡੇ ਬਣ ਗਿਆ ਨਾ ਜੀ ਕਿ ਹੋਟਲਾਂ ਚ ਵੱਡੇ ਵੱਡੇ ਨੇ ਖਰਚੇ ਵੀ ਉਹ ਤੋਂ ਆਪਾਂ ਨੂੰ ਨਜਾਤ ਕਰਕੇ ਸਿੰਪਲ ਸਿਟੀ ਭਾਵੇਂ ਤੁਸੀਂ ਕਬੂਟਾ ਲਾਓ ਪਰ ਆਪਣੇ ਜਨਮ ਦਿਨ ਤੇ ਬੂਟਾ ਜਰੂਰ ਲਾਓ ਤਾਂ ਕਿ ਤੁਹਾਡੀ ਯਾਦ ਜਿਹੜੀ ਆ ਬਣੀ ਰਹੇ ਜਦੋਂ ਤੁਸੀਂ ਇਸ ਦੁਨੀਆ ਚ ਨਹੀਂ ਹੋਵੋਗੇ ਬੂਟਾ ਘਟੋ ਘਟ ਥੋੜੀ ਯਾਦ ਤਾਂ ਦਿਲਾਊਗਾ ਜੀ ਬਿਲਕੁਲ ਵੈਸੇ ਬੂਟੇ ਲਾਏ ਵੀ ਜਾਂਦੇ ਨੇ ਪਰ ਪਾਲੇ ਨਹੀਂ ਜਾਂਦੇ ਜੀ ਉਦੋਂ ਬਾਅਦ ਚ ਪਾਣੀ ਪੂਣੀ ਪਾਉਂਦੇ ਨਹੀਂ ਉਹ ਪੱਟੇ ਪੁੱਟੇ ਜਾਂਦੇ ਨੇ ਫਿਰ ਇਹ ਵੀ ਕੀ ਕਹੋਗੇ ਵੀ ਕੱਲਾ ਲਾਉਣ ਦਾ ਨਹੀਂ ਘਟੋ ਘਟ ਜ਼ਿੰਮੇਵਾਰੀ ਵੀ ਹੋਵੇ ਜਿਹੜੇ ਪਾਣੀ ਨਹੀਂ ਪਾਉਂਦੇ ਜਿਹੜੇ ਪੱਟੇ ਪੁੱਟੇ ਜਾਂਦੇ ਆ ਜੀ ਜਿੰਨਾਂ ਦੀ ਵਜ੍ਹਾ ਕਰਕੇ ਫਿਰ ਬਾਬਾ ਉਹਨਾਂ ਨੂੰ ਪੱਟ ਪੁੱਟ ਦਿੰਦਾ ਜੀ ਜਿਹੜਾ ਕੁਦਰਤ ਦਾ ਖਿਲਵਾੜ ਕਰਦਾ ਨਾ ਇਹ ਇਹ ਨਿਯਮ ਹੈ ਜੀ ਸਾਡੇ ਕੁਦਰਤ ਦਾ ਖਲਵਾੜ ਕਰਦਾ ਪਰਮਾਤਮਾ ਉਹਦੇ ਅੱਲੇ-ਬੱਲੇ ਕੱਖ ਨਹੀਂ ਛੱਡਦਾ ਉਮਰ ਨਹੀਂ ਜ਼ਿਆਦਾ ਪਾ ਸਕਦਾ ਬਿਮਾਰੀਆਂ 'ਚ गिर ਜਾਂਦਾ ਜੀ ਪਰ ਜਿਹੜਾ ਇਨਸਾਨ ਚੜ੍ਹਦੀ ਕਲਾ ਵਾਲਾ ਜਿਹੜਾ ਕੁਦਰਤ ਨੂੰ ਮੁਹੱਬਤ ਕਰਦਾ ਪਿਆਰ ਕਰਦਾ ਉਹ ਹਮੇਸ਼ਾ ਉਹਦੇ ਚਿਹਰੇ ਤੇ ਰੌਣਕ ਹੋਏਗੀ ਚੜ੍ਹਦੀ ਕਲਾ 'ਚ ਰਹੇਗਾ ਸੋ ਮੈਂ ਤਾਂ ਸਭ ਨੂੰ ਬੇਨਤੀ ਕਰਦਾ ਇਹ ਕੁਦਰਤ ਕਾਦਰ ਹੈ ਜੀ ਇਹੀ ਰੱਬ ਦਾ ਰੂਪ ਹੈ ਇਹ ਕਣ-ਕਣ 'ਚ ਰੱਬ ਵਸਿਆ ਹੋਇਆ ਤੇ ਇਹਦੀ ਸਾਂਭ ਸੰਭਾਲ ਕਰੋ ਜਿਹੜਾ ਬੂਟਾ ਲਾਉਨੇ ਉਹਨੂੰ ਪਾਲੋ ਵੀ ਉਹਨੂੰ ਵੱਡਾ ਵੀ ਕਰੋ ਕਹਿੰਦੇ ਹਾਂ ਇਹ ਵੀ ਬੇਨਤੀ ਹੈ ਵੈਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲੇ ਦਿਨ ਤੋਂ ਕਹਿ ਰਹੇ ਸੀ ਕਿ ਸਾਡੀ ਸਰਕਾਰ ਉਹ ਹਰਿਆ ਭਰਿਆ ਪੰਜਾਬ ਕਰਾਂਗੇ ਬਹੁਤ ਜ਼ਿਆਦਾ ਬੂਟੇ ਲਗਾਏ ਜਾਣਗੇ ਇਹ ਵੀ ਕਿਹਾ ਜਾਂਦਾ ਸੀ ਬਹੁਤ ਲੱਖਾਂ ਬੂਟੇ ਲਗਾਏ ਵੀ ਗਏ ਨੇ ਨਾਬੇ ਚ ਕਿੰਨੇ ਕ ਬੂਟੇ ਲਗਾਏ ਨੇ ਇਸ ਤੋਂ ਪਹਿਲਾਂ ਤੁਸੀਂ ਇਸ ਵਾਰ ਇਹ ਤਾਂ ਸਾਡੇ ਡੀ ਐਫ ਐਸ ਸਾਹਿਬ ਦੱਸ ਸਕਦੇ ਨੇ ਜੀ ਪ੍ਰਾਪਰ ਗਿਣਤੀ ਪਰ ਅਸੀਂ ਬਹੁਤ ਇੱਕ ਨਾਨਕ ਬਕੀਚੀ ਕਨਸੈਪਟ ਸ਼ੁਰੂ ਕੀਤਾ ਸਰਕਾਰ ਨੇ ਉਹਦੇ ਤਹਿਤ ਜਿਹੜੇ ਜੀ ਬਹੁਤ ਬੂਟੇ ਲਾਏ ਜਾ ਰਹੇ ਆ ਇੱਕ ਪੂਰਾ ਪੂਰਾ ਬਾਗ ਬਣਾਇਆ ਜਾ ਰਿਹਾ ਨਾਨਕ ਬਕੀਚੀ ਬਣਾ ਕੇ ਤੇ ਇਦਾਂ ਦੀਆਂ ਕਾਫੀ ਕੁੱਝਾਂ ਹੋ ਰਹੀਆਂ ਨੇ ਜੀ ਤੇ ਪਹਿਲਾਂ ਨਾਲੋਂ ਫਰਕ ਵੀ ਨਜ਼ਰ ਆ ਰਿਹਾ ਜੀ ਹੌਲੀ ਹੌਲੀ ਕਿਉਂਕਿ ਅੱਜ ਬੂਟਾ ਲਾਇਆ ਉਹਨੂੰ ਘਟੋ ਘਟ ਵੱਡਾ ਹੋਣ ਨੂੰ 10-15 ਸਾਲ ਚਾਹੀਦੇ ਤੇ ਉਹਦੀ ਅਗਰ ਪ੍ਰੋਪਰ ਪਰਵਰਿਸ਼ ਹੋਏਗੀ ਤੇ ਵੱਡਾ ਕਨਸੈਪਟ ਹੈ ਜੀ ਮੈਂ ਕੈਨੇਡਾ 'ਚ ਰਿਹਾ ਜੀ ਕੈਨੇਡਾ ਦੇ ਵਿੱਚ ਅ ਆਪਾਂ ਤਾਂ ਨਾਰਮਲ ਧਰਤੀ ਦੀ ਗੱਲ ਕਰਦੇ ਨਾ ਜੀ ਪਹਾੜਾਂ ਦੇ ਵਿੱਚ ਵੀ ਜਿਹੜਾ ਬੂਟਾ ਸੁੱਕ ਜਾਂਦਾ ਜੀ ਕੈਨੇਡੀਅਨ ਗਵਰਨਮੈਂਟ ਉਹ ਬੂਟੇ ਦੀ ਜਗ੍ਹਾ ਹੋਰ ਬੂਟਾ ਲਾਉਂਦੀ ਹੈ ਜੀ ਔਰ ਸਪੈਸ਼ਲ ਇਹ ਮੱਚੇ ਪਹਾੜ ਨੇ ਹੈਲੀਕਾਪਟਰ ਤੇ ਲੇਬਰ ਨੂੰ ਲੈ ਕੇ ਜਾਂਦੀ ਆ ਬੂਟੇ ਲਾਉਂਦੇ ਨੇ ਫਿਰ ਵਾਪਸ ਲੈ ਕੇ ਆਉਂਦੇ ਇੰਨਾ ਤਸ਼द्दਦ ਕਰਦੇ ਆ ਬਲਕਿ ਕੈਨੇਡਾ ਦੇ ਵਿੱਚ ਬਹੁਤ ਜੰਗਲ ਨੇ ਜਿੰਨੀ ਪਲਾਈ ਹੈ ਦੁਨੀਆ ਭਰ ਦੇ ਵਿੱਚ ਸਾਰੀ ਕੈਨੇਡਾ ਤੋਂ ਆਉਂਦੀ ਆ ਕੈਨੇਡਾ ਦੀ ਲੱਕੜ ਦੀ ਪਲਾਈ ਜਿਹੜੀ ਆ ਬਣਦੀ ਆ ਤੇ ਉਹ ਅਗਰ ਇਹਨੇ ਵੇਰ ਨੇ ਸਾਡੇ ਕੋਲੇ ਤਾਂ ਅਸੀਂ ਤਾਂ ਜੰਗਲ ਉਜਾੜਦੇ ਜੀ ਬੀੜ ਉਜਾੜਦੇ ਸੀ ਤਾਂ ਬਿਲਕੁਲ ਵੈਸੇ ਵੈਸੇ ਤੁਸੀਂ ਤੰਜ ਕੱਸਦੇ ਹੁੰਦੇ ਤੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਉਹਨਾਂ ਦੇ ਵਿਰੁੱਧ ਵੀ ਲੜਿਓ ਤੁਹਾਡੇ ਹਲਕੇ ਦੇ ਨੇ ਕਿਵੇਂ ਲੱਗਦਾ ਉਹ ਤੁਸੀਂ ਤੰਜ ਕੱਸਦੇ ਸੀ ਕਿ ਬੂਟੇ ਬੇਸ ਤੇ ਜੀ ਬੂਟੇ ਪੱਟ ਤੇ ਬੂਟੇ ਨਵੇਂ ਨਹੀਂ ਲਾਏ ਕਰੋੜਾਂ ਬੂਟਾ ਸਰਕਾਰ ਨੇ ਕਾਂਗਰਸ ਨੇ ਕਹਿਤਾ ਵੀ ਲਾਤੇ ਵੀ ਪਰ ਕਾਗਜ਼ਾਂ 'ਚ ਲੱਗੇ ਹੋ ਨਹੀਂ ਲੱਗੇ ਹੁਣ ਤੁਹਾਡੀ ਸਰਕਾਰ 'ਚ ਲਾਮੋਗੇ ਫਿਰ ਪੂਰਾ ਵੀ ਕਿਤੇ ਨਾ ਕਿਤੇ ਉਹ ਜੋ ਤੰਜ ਕੱਸਦੇ ਸੀ ਵੀ ਉਹ ਤੇ ਪੂਰਾ ਹਰੇ ਭਰੇ ਕਰੋਗੇ ਜੀ ਇਨਕੁਆਇਰੀ ਚੱਲ ਰਹੀ ਹੈ ਜੀ ਇੱਕ ਇੱਕ ਬੂਟੇ ਦਾ 500000 ਰੁਪਏ ਲੈਂਦੇ ਰਹੇ ਨੇ ਔਨ ਰਿਕਾਰਡ ਸਾਰਾ ਅ ਸਿਬਨ ਕਰੀ ਚੱਲ ਰਹੀ ਆ ਪ੍ਰਾਪਰਟੀ ਦੀ ਜਾਂਚ ਹੋ ਰਹੀ ਆ ਸਾਰੀ ਜਿੰਨਾ ਸਿੱਧੇ ਸਿੱਧੇ ਤਰੀਕੇ ਨਾਲ ਬਣਾਈ ਪ੍ਰਾਪਰਟੀ ਆ ਸਾਰੀ ਉੱਤੇ ਕਾਰਵਾਈ ਹੋਏਗੀ ਔਰ ਜ਼ਬਤ ਕੀਤੀ ਜਾਏਗੀ ਔਰ ਬਣਦੀ ਜਿਹੜੀ ਸਜ਼ਾ ਉਹ ਵੀ ਮਿਲੇਗੀ ਜਦੋਂ ਸਾਧੂ ਚੋਰ ਮੈਂ ਤਾਂ ਕਹੂੰਗਾ ਜਦੋਂ ਬਾਹਰ ਆ ਨਾ ਜੇਲ੍ਹ ਤੋਂ ਕਈ ਉਹਦੇ ਚਮਚੇ ਕੜਛੀਆਂ ਪਤਿੱਲੇ ਵੱਡੇ ਵੱਡੇ ਮੁਰੇ ਹੋ ਹੋ ਲੱਡੂ ਬਣਦੇ ਸੀਗੇ ਤੇ ਐ ਕਰਦੇ ਸੀ ਵੀ ਜਿਵੇਂ ਪਤਾ ਨਹੀਂ ਬਰੀ ਹੋ ਕੇ ਆ ਗਿਆ ਜਿਨੇ ਕਤਲ ਵੀ ਕੀਤਾ ਹੋਵੇ ਨਾ ਉਹਨੂੰ ਵੀ ਜ਼ਮਾਨਤ ਮਿਲਦੀ ਆ ਪਰ ਕੋਰਟ ਸਜ਼ਾ ਦਿੰਦੀ ਆ ਜੀ ਉਹਨੂੰ ਤਾਂ ਸਾਧੂ ਧਰਮ ਸੂਤ ਨੂੰ ਵੀ ਸਜ਼ਾ ਮਿਲੇਗੀ ਜਿਹੜਾ ਕੁਦਰਤ ਦਾ ਬੁਰਾ ਕਰਦਾ ਨਾ ਜੀ ਜਿਹੜਾ ਇਸ ਪ੍ਰਮਾਤਮਾ ਦੀ ਸ੍ਰਿਸ਼ਟੀ ਦਾ ਬੁਰਾ ਕਰਦਾ ਜਿਸ ਦੇ ਨਾਲ ਸਾਨੂੰ ਆਕਸੀਜਨ ਮਿਲਦੀ ਹੈ ਉਹ ਕਦੇ ਵੀ ਤੰਦਰੁਸਤ ਨਹੀਂ ਹੋ ਸਕਦਾ ਔਰ ਕਦੇ ਵੀ ਸਾਡੇ ਕਿਓ ਹੁੰਦਾ ਸੀ ਇੱਥੇ ਨਾਬੇ ਮਿਸਟਰ ਕੰਬੋਜ਼ ਉਹਦਾ ਨਾਮ ਸੀ ਮੈਂਟਲ ਹੋ ਗਿਆ ਜੀ ਪਾਗਲ ਹੋ ਗਿਆ ਪਾਗਲ ਠੀਕ ਹੈ ਜੀ ਹਜੇ ਔਨ ਜਵਾਬ ਹੈ ਛੁੱਟੀ ਤੇ ਚੱਲ ਰਿਹਾ ਜੀ ਮੈਨੂੰ ਉੱਥੋਂ ਪੱਤਰ ਰਿਪੋਰਟ ਆਈ ਕਹਿੰਦੇ ਜੀ ਮੈਂਟਲੀ ਲੈਵਲ ਗਵਾ ਚੁੱਕਿਆ ਇਹਨਾਂ ਦਾ ਵੀ ਇਹੀ ਹਾਲ ਹੋਣਾ ਜੀ ਜਿਨ੍ਹਾਂ ਨੇ ਲੋਕਾਂ ਦੇ ਨਾਲ ਧੱਕਾ ਕੀਤਾ ਨਾ ਜੀ ਇਹਨਾਂ ਨੇ ਲੋਕਾਂ ਦੀ ਡਿਵੈਲਪਮੈਂਟ ਦਾ ਪੈਸਾ ਖਾਤਾ ਨਗਰ ਕਾਉਂਸਲ ਨਾਭਾ ਦਾ ਪੈਸਾ ਖਾਤਾ ਉਹ ਪਰਮਾਤਮਾ ਦੀ ਕਚਹਿਰੀ 'ਚੋਂ ਨਹੀਂ ਬਚ ਸਕਦੇਓ ਉਨਾਂ ਨੂੰ ਪਰਮਾਤਮਾ ਜਰੂਰ ਸਜ਼ਾ ਦੇਗਾ। ਬਿਲਕੁਲ। ਚੋਨੇ ਦੀ ਕਟਾਈ ਚੱਲ ਰਹੀ ਆ। ਮੰਡੀਆਂ ਪੂਰੀਆਂ ਭਰੀਆਂ ਵੀ ਨੇ ਅਸੀਂ ਦੇਖ ਰਹੇ ਸੀ। ਤੁਸੀਂ ਵੀ ਚੈਕਿੰਗ ਕਰ ਰਹੇ ਹੋ ਪਰ ਤੁਹਾਡੀ ਨਾਬੇ ਦੀ ਮੰਡੀ ਚ 1 ਕਾਰਟੀਆਂ ਕਿਤੇ ਨਾ ਕਿਤੇ ਵੱਧ ਜੋਖ ਦਾ ਵੀ ਪਕੜਿਆ ਗਿਆ। ਉਸ ਤੋਂ ਬਾਅਦ ਜੁਰਮਾਨਾ ਵੀ ਕੀਤਾ ਗਿਆ। ਚਲੋ ਕਿਤੇ ਨਾ ਕਿਤੇ ਕਾਫੀ ਹੰਗਾਮਾ ਵੀ ਹੋਇਆ। ਕੀ ਲੱਗਦਾ ਤੁਹਾਨੂੰ ਐਵੇਂ ਦੀ ਕਾਰਵਾਈ ਮਤਲਬ ਐਵੇਂ ਦੀ ਆੜਤੀਆਂ ਤੇ ਕਾਰਵਾਈ ਕਿੰਨੀ ਸਖਤ ਹੋਣੀ ਚਾਹੀਦੀ? ਮੈਂ ਇਸ ਮਾਮਲੇ ਨੂੰ ਬੜੀ ਬਰੀਕੀ ਨਾਲ ਵਾਚ ਕੀਤਾ। ਮੇਰੇ ਨੋਟਿਸ ਦੇ ਵਿੱਚ ਆਈ ਸੀ ਗੱਲ ਕਿ ਕਿਤੇ ਨਾ ਕਿਤੇ ਤਲਾਈ ਬੰਦ ਹੋ ਰਹੀ ਹੈ। ਮੈਂ ਕੱਲ ਅਚਨ ਚੇਤ ਸ਼ਿੰਟਾਂ ਵਾਲਾ ਮੰ ਔਰ ਰੈਂਡਮਲੀ ਲਿਆ ਕੇ ਜਿਹੜੀ ਆ ਤੋਲਣ ਵਾਲੀ ਮਸ਼ੀਨ ਉਹਦੇ ਤੇ ਰੈਂਡਮਲੀ ਜਿਵੇਂ ਬੂਰੀਆਂ ਭਰੀਆਂ ਪਾਈ ਨੇ ਹਜ਼ਾਰਾਂ ਇਤਿਦਾਦ ਕੋਈ ਵੀ ਚੱਕ ਕੇ ਉਹਦੀ ਜਦੋਂ ਉਹ ਮਿੰਨਤੀ ਕੀਤੀ ਜਾਂ ਉਹਨੂੰ ਉਹਦਾ weight ਕੀਤਾ ਤਾਂ ਪੂਰਾ ਸੀਗਾ ਉੱਥੇ ਜਿਹੜਾ ਸ਼ਿੰਤਾਂ ਵਾਲੇ ਮੰਡੀ ਚ ਪੂਰਾ ਸੀਗਾ ਹਾਂ ਇੱਕ ਗੱਲ ਜਰੂਰ ਦੱਸੀਏ ਕਿਸਾਨਾਂ ਨੇ ਵੀ ਦੱਸੀਏ ਮੈਂ ਗੱਲ ਕੀਤੀ ਹੈ ਜਿਹੜੀ ਜਿਹੜਾ ਝੋਨਾ ਆਪਾਂ ਸਵੇਰੇ ਅਰਲੀ ਮਾਰਨਿੰਗ ਜਾਂ ਸ਼ਾਮ ਨੂੰ ਜਿਵੇਂ ਪੈਂਦੀ ਆ ਉਸ ਪੈਂਦੀ ਉਹ ਤੋਂ ਬਾਅਦ ਵੜਦੇ ਆ ਉਹਦੇ ਵਿੱਚ ਨਵੀਂ ਬਹੁਤ ਆ 17 ਦੀ ਮਾਤਰਾ ਤੱਕ ਜਿਹੜੀ ਆ ਨਮੀ ਦੀ ਮਾਤਰਾ ਜਿਹੜੀ ਉਹਦਾ ਰੇਟ ਵੀ ਠੀਕ ਲੱਗਦਾ ਔਰ ਜਲਦੀ ਜਾਂਦੇ ਸਾਰੇ ਵਿਕ ਜਾਂਦੀ ਹੈ ਪਰ ਜਿਹੜੀ ਸਰਾਂ ਦੇ ਉੱਪਰ ਹੈ ਜੀ 20 25 ਤੱਕ ਹੈ ਉਹਦੇ ਵਿੱਚ ਜ਼ਰੂਰ ਪਰਬਲ ਮਾਰੀ ਹੈ ਫਿਰ ਉਹ ਕਹਿੰਦੇ ਜੀ ਕਿਉਂਕਿ ਉਹਦਾ weight ਜਦੋਂ ਸੁੱਕੂਗੀ ਤਾਂ ਘਟ ਜਾਣਾ ਤਾਂ ਫਿਰ ਉਹ 200 ਗ੍ਰਾਮ 300 ਗ੍ਰਾਮ 400 ਗ੍ਰਾਮ ਵੱਟੇ ਸੱਟੇ ਨਾਲ ਉਹ ਬੈਲੈਂਸ ਜਾਂ ਕਰ ਲੈਂਦੇ ਆ ਪਰ ਮੈਂ ਕਿਸਾਨਾਂ ਨੂੰ ਬੇਨਤੀ ਕੀਤੀ ਹੈ ਸੋਸ਼ਲ ਮੀਡੀਆ ਤੇ ਵੀ ਬੇਨਤੀ ਕੀਤੀ ਔਰ ਤੁਹਾਡੇ ਜ਼ਰੀਏ ਵੀ ਬੇਨਤੀ ਕਰਦਾ ਕਿ ਜਿੱਥੇ ਇੰਨਾ ਲੰਮਾ ਸਮਾਂ ਆਪਾਂ ਫਸਲ ਪਾਲੀ ਆ ਤਿੰਨ ਚਾਰ ਮਹੀਨੇ ਲਾ ਕੇ ਆਪਾਂ ਫਸਲ ਪਾਲੀ ਆ ਆਪਾਂ ਉੱਥੇ ਦੋ ਦਿਨ ਖੜ੍ਹ ਜੋ ਜਾਂ ਆਪਾਂ ਜੇ ਕਟਣੀਆਂ ਕਟਾਈ ਆ ਆਪਾਂ ਫਿਰ ਉਦੋਂ ਕਰੋ ਜਦੋਂ ਧੁੱਪ ਨਿਕਲੀ ਹੋਵੇ ਝੋਨਾ ਬਿਲਕੁਲ ਸੁੱਕਾ ਹੋਵੇ ਨਮੀ ਵਾਲਾ ਝੋਨਾ ਲਿਆ ਕੇ ਫਿਰ ਮੰਡੀ ਚ ਖੱਜਲ ਖਵਾਰ ਹੋਣ ਦਾ ਕੋਈ ਫਾਇਦਾ ਨਹੀਂ ਮੰਡੀਆਂ ਦੇ ਕੰਮ ਬਹੁਤ ਛੇ ਚੱਲ ਰਹੇ ਨੇ ਬਾਰਦਾਨਾ ਬਿਲਕੁਲ ਸਹੀ ਟਾਈਮ ਤੇ ਆ ਔਰ ਜਿਹੜੀ ਪੇਮੈਂਟ ਹੈ ਜੀ ਸਾਰਾ ਨੂੰ ਬਿਲਕੁਲ ਸਮੇਂ ਤੇ ਜਾ ਰਹੀ ਹੈ ਇਹ ਪਹਿਲੀ ਵਾਰੀ ਕਿਸਾਨ ਦੱਸ ਰਿਹਾ ਖਾਸ ਕਰਕੇ ਨਾਬਾ ਦੀ ਦਾਣਾ ਮੰਡੀ ਜਿਹੜੀ ਏਸ਼ੀਆ ਦੇ ਵਿੱਚੋਂ ਦੂਜੇ ਨੰਬਰ ਦੀ ਮੰਡੀ 1909 ਚੋਨਾ ਪਹਿਲੀ ਵਾਰ ਹੋਇਆ ਏ ਪੰਜਾਬ ਦੇ ਵਿੱਚ ਕਿ ਜਿਹੜਾ ਹਰਿਆਣੇ ਚ ਜਾਂਦਾ ਸੀ ਦੂਜੀਆਂ ਸਟੇਟਾਂ ਜਾਂਦਾ ਸੀਗਾ ਐਤਕੀ ਉਹ ਸਾਰਾ ਟਿਕਮਨ 100 150 ਕਿਲੋਮੀਟਰ ਦੇ ਏਰੀਏ ਦੇ ਵਿੱਚੋਂ 1509 ਚੋਨਾ ਜਿਹੜਾ ਉਹ ਨਬਾਦੀ ਦਾਣਾ ਮੰਡੀ ਚ ਆਇਆ ਔਰ ਰੇਟ ਪਤਾ ਕਿੰਨਾ ਮਿਲਿਆ ਜਿਹੜਾ 18-1900 ਰੁਪਏ ਸੀ 3700 ਰੁਪਏ ਤੱਕ ਚੋਨਾ ਵੇਚਿਆ ਜੀ ਕਿਸਾਨ ਬੜੇ ਖੁਸ਼ ਨੇ ਜੀ ਕਿਸਾਨ ਕਹਿੰਦੇ ਜੀ ਤਾਂ ਕਮਾਲ ਹੀ ਹੋ ਗਈ ਜੀ ਕਦੇ ਦੇਖਿਆ ਨਹੀਂ ਮੈਂ ਕਿਹਾ ਜਦੋਂ ਨੀਅਰ ਸਾਫ਼ ਹੋਵੇ ਨਾ ਫਿਰ ਸੱਚੇ ਪਾਤਸ਼ਾਹ ਵੀ ਸਾਥ ਦਿੰਦਾ ਕਿਸਾਨ ਬੜੇ ਖੁਸ਼ ਨੇ ਸਾਰਾ ਕੁਝ ਠੀਕ ਚੱਲ ਰਿਹਾ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਕਿ ਬਹੁਤ ਅੱਛਾ ਕੰਮ ਕਰ ਰਹੇ ਨੇ ਸਭ ਦੀਆਂ ਦੁਆਵਾਂ ਅਸੀਂ ਸਾਰੇ ਨਾਲ ਕੰਮ ਕਰ ਰਹੇ ਹਾਂ 2004 ਤੋਂ ਬਾਅਦ ਪੈਨਸ਼ਨ ਲਾਗੂ ਕਰ ਦੇਣੀ 8.5 ਲੱਖ ਦੇ ਆਸ-ਪਾਸ ਮੁਲਾਦਮਨ ਪੱਕੇ ਕਰਦੇ ਨੇ ਔਰ ਹੁਣ ਪੁਲਿਸ ਦੀ ਨਵੀਂ ਭਰਤੀ ਕਰਨੀ ਇਸ ਰੇਤ ਜਿਹੜਾ ਬਹੁਤ ਮਹਿੰਗਾ ਸੀਗਾ ਉਹਦੇ ਵਿੱਚ ਜਿਹੜੀ ਨਵੀਂ ਪਾਲਿਸੀ ਆਈ ਹੈ ਮਾਈਨਿੰਗ ਦੀ ਉਹਦੇ ਵਿੱਚ ਰੇਤ ਦਾ ਰੇਟ ਅੱਧਾ ਘਟ ਜਾਣਾ ਹੈ ਸਭ ਨੂੰ ਮਿਲੇਗਾ ਪਰ ਹਜੇ ਰੇਤ ਤੋਂ ਬਹੁਤ ਦੁਖੀ ਨੇ ਜੀ ਲੋਕ ਕਹਿ ਰਹੇ ਨੇ ਵੀ 50 ਤੇ ਪਲੱਸ ਮਿਲਦਾ ਹੀ ਨਹੀਂ ਜੀ ਮਿਸਤਰੀ ਔਖੇ ਜਿਹੜੇ ਦੁਕਾਨਾਂ ਵਾਲੇ ਨੇ ਸੀਮੈਂਟ ਦੀਆਂ ਦੁਕਾਨਾਂ ਨੇ ਖਾਸ ਕਰਕੇ ਵੀ ਬਹੁਤ ਬੁਰਾ ਹਾਲ ਹੋ ਗਿਆ ਜੀ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ ਕਿ ਲੋਕ ਬਹੁਤ ਔਖੇ ਸੀ ਜਦੋਂ ਸਰਕਾਰ ਨਵੀਂ ਆਉਂਦੀ ਨਾ ਤਾਂ ਪਾਲਿਸੀ ਬਣਨ ਨੂੰ ਟਾਈਮ ਲੱਗਦਾ ਜਿਵੇਂ ਸਰ ਆਪ ਦੀ ਪਾਲਿਸੀ ਸੀਗੀ ਜੀ ਠੀਕ ਹੈ ਨਾ ਜੀ ਤੇ ਉਹ ਉਹ ਜਦੋਂ ਬਣੀ ਤਾਂ ਕਹਿੰਦੇ ਜੀ ਪਾਲਿਸੀ ਠੀਕ ਨਹੀਂ ਸਾਰਾ ਉਹ ਗੜਬੜ ਹੋ ਗਿਆ ਜੀ ਜਿਹੜੇ ਪੁਰਾਣੇ ਠੇਕੇਦਾਰ ਸੀ ਉਹ ਬੜਾ ਇਸ ਗੱਲ ਨੂੰ ਮਾਈਂਡ ਕਰਦੇ ਸੀ ਵੀ ਦੇਖੋ ਜੀ ਇਹ ਪਾਲਿਸੀ ਗਲਤ ਬਣਾਤੀ ਪਰ ਹੁਣ ਉਹੀ ਪਾਲਿਸੀ 48% ਜਿਹੜਾ ਰੈਵਨਿਊ ਵਧਿਆ ਜੀ ਐਕਸਾਈਜ਼ ਡਿਪਾਰਟਮੈਂਟ ਦੇ ਵਿੱਚ ਪਰ ਹੁਣ ਉਹੀ ਠੇਕੇਦਾਰ ਹੁਣ ਕਹਿੰਦੇ ਵੀ ਸਾਡਾ ਕਿਤੇ ਤਰੀਕਾ ਨਾਲ ਹਿੱਸਾ ਪੈ ਜਾਵੇ ਵੀ ਅਸੀਂ ਵੀ ਚਾਹੁੰਦੇ ਆ ਸੋ ਇਸੋ ਟ੍ਰਿਕ ਨਾਲ ਮਾਈਨਿੰਗ ਦੀ ਪਾਲਿਸੀ ਜਿਹੜੀ ਹੈ ਬੜੀ ਸਕਸੈਸਫੁਲ ਹੋਏਗੀ ਔਰ ਐਜੂਕੇਸ਼ਨ ਦੀ ਪਾਲਿਸੀ ਸਾਡੀ ਜਿਹੜੀ ਹੈ ਪੂਰੀ ਦੁਨੀਆ ਦੇ ਵਿੱਚ ਆਮ ਆਦਮੀ ਪਾਰਟੀ ਐਜੂਕੇਸ਼ਨ ਨਾਲ ਜਾਣੀ ਜਾਂਦੀ ਹੈ ਔਰ ਆਮ ਆਦਮੀ ਪਾਰਟੀ ਹੈਲਥ ਦੇ ਨਾਲ ਜਾਣੀ ਜਾਂਦੀ ਹੈ ਅੱਜ ਗੁਜਰਾਤ ਦੇ ਵਿੱਚ ਜਿਹੜਾ ਗੁਜਰਾਤ ਮਾਡਲ ਦਿਖਾ ਕੇ ਮੋਦੀ ਸਾਹਿਬ ਦੋ ਵਾਰ ਪ੍ਰਧਾਨ ਮੰਤਰੀ ਬਣੇ ਜਦੋਂ ਉਹਦੀ ਹੁਣ ਪੋਲ ਖੁੱਲ ਰਹੀ ਹੈ ਨਾ ਜੀ ਤਾਂ ਮੋਦੀ ਸਾਹਿਬ ਨੂੰ ਉੱਥੇ ਮੂੰਹ ਦਿਖਾਉਣ ਲਈ ਔਖਾ ਹੋਣਾ ਪੈ ਰਿਹਾ ਜੀ ਅਮਿਤ ਸ਼ਾਹ ਜਿਹੜੇ ਕਿ ਜਿਹਨਾਂ ਦਾ ਹੋਮ ਟਾਊਨ ਹੈ ਗੁਜਰਾਤ ਹੋਮ ਸਟੇਟ ਹੈ ਉਹਨਾਂ ਦੇ ਅੱਜ ਉੱਥੇ ਅਰਵਿੰਦ ਕੇਜਰੀਵਾਲ ਸਾਹਿਬ ਮਨੀਸ਼ ਸ਼ੋਧਿਆ ਜੀ ਭਗਵੰਤ ਮਾਨ ਜੀ ਸਾਡੀ ਸਾਰੀ ਟੀਮ ਜਿੰਨੇ ਐਮਐਲਏ ਸਹਿਬਾਨ ਸਾਡੇ ਸਾਰੇ ਲੱਗੇ ਹੋਏ ਨੇ ਜੀ ਉੱਥੇ ਕੰਮ ਕਰ ਰਹੇ ਅਸੀਂ ਹਿਮਾਚਲ ਦੇ ਵਿੱਚ ਵੀ ਗੁਜਰਾਤ ਦੇ ਵਿੱਚ ਭਾਜਣਾ ਪਾਈਆਂ ਪਈਆਂ ਨੇ ਇੱਕ ਗੱਲ ਸਪਸ਼ਟ ਔਰ ਸਾਫ਼ ਹੈ ਜੀ ਇਹ ਸਾਰੇ ਸੁਣ ਲੈਣ ਕਿ ਬੀਜੇਪੀ ਦਾ ਪੀਕ ਟਾਈਮ ਗਿਆ ਇਸ ਤੋਂ ਉੱਪਰ ਬੀਜੇਪੀ ਨਹੀਂ ਜਾ ਸਕਦੀ ਦੋ ਵਾਰ ਪ੍ਰਾਈਮ ਮਿਨਿਸਟਰ ਬਣਾਤਾ ਪੂਰੇ ਦੇਸ਼ ਦੇ ਵਿੱਚ ਏਡਾ ਵੱਡਾ ਮੈਂਡਟ ਦਿੱਤਾ ਔਰ ਕੀਤਾ ਕੱਖ ਨਹੀਂ ਜੀ ਕਿੱਥੇ ਗਈ ਜੀ ਬੁਲਟ ਰੇਨ ਕਿੱਥੇ ਗਿਆ ਮੇਕ ਇਨ ਇੰਡੀਆ ਕਿੱਥੇ ਗਿਆ ਬਲੈਕ ਮਨੀ ਵਾਪਸ ਆਜੂਗਾ ਸਾਰਾ ਕਾਲਾ ਧਨ ਕਿੱਥੇ ਗਿਆ ਸਾਰਾ ਨੋਟਬੰਦੀ ਕਰਕੇ ਕਿੱਡਾ ਵੱਡਾ ਨੁਕਸਾਨ ਕੀਤਾ ਜੀਐਸਟੀ ਦੇ ਵਿੱਚ ਕਿੰਨੀ ਪ੍ਰੋਬਲਮ ਹੈ ਜੀ ਕਿੱਥੇ ਗਿਆ 15-15 ਲੱਖ ਉਹ ਸਾਰੀਆਂ ਗੱਲਾਂ ਸੀਗੀਆਂ ਇੱਕ ਇੱਕ ਹਿੰਦੂਸਤਾਨੀ ਨੂੰ ਇੱਕ ਇੱਕ ਭਾਰਤੀ ਨੂੰ 130-40 ਕਰੋੜ ਲੋਕਾਂ ਨੂੰ 130-40 ਕਰੋੜ ਲੋਕਾਂ ਨੂੰ ਇਹ ਗੱਲ ਪਤਾ ਲੱਗੇ ਕਿ ਨਰੇਂਦਰ ਮੋਦੀ ਜਿਹੜਾ ਜਿਹੜੀ ਗੱਲ ਦਿਖਾ ਕੇ ਪਾਵਰ ਦੇ ਵਿੱਚ ਆਏ ਸੀ ਉਹ ਇੱਕ ਬਲਫ ਬਾਜੀ ਸੀਗੀ ਇੱਕ ਜੁਮਲਾ ਸੀਗਾ ਉਹ ਫੇਲ ਸਾਬਤ ਹੋ ਗਿਆ ਲੋਕਾਂ ਨੂੰ ਪਤਾ ਲੱਗ ਗਿਆ ਕਿ ਦੇਸ਼ ਦੇ ਵਿੱਚ ਅਗਰ ਸਿੱਖਿਆ ਔਰ ਸਿਹਤ ਦੇ ਵਿੱਚ ਅਗਰ ਪਰਵਰਤਨ ਕਰਨਾ ਤਾਂ ਆਮ ਆਦਮੀ ਪਾਰਟੀ ਲਿਆਉਣੀ ਜ਼ਰੂਰੀ ਹੈ ਬਿਲਕੁਲ ਵੈਸੇ ਵੈਸੇ ਵਿਰੋਧੀ ਇਹ ਵੀ ਕਹਿ ਰਹੇ ਨੇ ਕਿ ਬੀਜੇਪੀ ਪੰਜਾਬ 'ਚ ਬਿਲਕੁਲ ਨਹੀਂ ਸੀ ਤਾਂ ਸੌਖੀ ਆਮ ਆਦਮੀ ਪਾਰਟੀ ਜਿੱਤ ਗਈ ਵੀ ਪਤਾ ਤਾਂ ਹੁਣ ਲੱਗਣਾ ਜੀ ਜਦੋਂ ਗੁਜਰਾਤ 'ਚ ਕਿਉਂਕਿ ਗੁਜਰਾਤ ਬੀਜੇਪੀ ਦਾ ਗੜ੍ਹ ਹੈ ਵੀ ਇੱਥੇ ਕਿਤੇ ਨਾ ਕਿਤੇ ਇਹ ਨਹੀਂ ਹੋਊਗਾ ਜੋ ਪੰਜਾਬ 'ਚ ਹੋਊਗਾ ਇਹ ਮੇਰੀਆਂ ਗੱਲਾਂ ਵੀ ਹੈ ਕਿਹੜੇ ਜੀ ਬਾਈ ਬਾਈ ਦੇ ਵੀ ਨਾਂ ਦੱਸੋ ਜਰਾ ਬੀਜੇ ਬੀਜੇਪੀ ਵਾਲੀ ਕਹਿ ਰਹੇ ਨੇ ਬੀਜੇਪੀ ਵਾਲੇ ਕਿਹੜੇ ਨੇ ਜੀ ਇਹ ਕਿਹੜੇ ਬੀਜੇਪੀ ਵਾਲੇ ਨੇ ਮੈਂ ਉਹ ਤਾਂ ਉਦਾਂ ਹੀ ਕਿਹੜੇ ਵਿਰੋਧੀ ਨੇ ਜੀ ਇਹ ਕੀ ਇਹਨਾਂ ਦਾ ਸਟੈਂਡਰਡ ਹੈ ਜੀ ਕੋਈ ਲੈਂ ਨਹੀਂ ਕੋਈ ਦੇ ਨਹੀਂ ਤਾਂ ਟਾਈਮ ਪਾਸ ਹੈਗਾ ਇਹ ਸਿਸਟਮ ਸਾਰਾ ਚਲੋ ਗੁਜਰਾਤ ਹੈ ਨਾ ਜੀ ਆਜੋ ਜੀ ਨੇ ਨਚਨਾ ਖੰਡੇ ਦੀ ਧਾਰ ਤੇ ਪਤਾ ਲੱਗ ਜਾਓ ਜੀ ਆਉਣ ਦੇ ਇਲੈਕਸ਼ਨ ਪਤਾ ਲੱਗ ਜਾਓ ਨਾ ਕੌਣ ਕਿੰਨੇ ਪਾਣੀ ਚ ਹੈ ਅਰਵਿੰਦ ਕੇਜਰੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਅਸੀਂ ਸਾਰੇ ਅਸੀਂ 24 ਕੈਡ ਪ्योर ਸੋਨੇ ਵਰਗੇ ਆਰਗੇਨਿਕ ਆ ਕੋਈ ਉਂਗਲੀ ਨਹੀਂ ਚੱਕ ਸਕਦਾ ਔਰ ਪੰਜਾਬ ਦੇ ਲੋਕਾਂ ਦੀ ਆਵਾਜ਼ ਆ ਪੰਜਾਬ ਦੇ ਲੋਕਾਂ ਨੇ ਬਹੁਮਤ ਦਿੱਤਾ 92 ਸੀਟਾਂ ਜਤਾ ਕੇ ਦਿੱਲੀ 'ਚ ਬਹੁਮਤ ਦਿੱਤਾ 70 ਦੇ ਵਿੱਚੋਂ 62 ਸੀਟਾਂ ਜਤਾ ਕੇ ਔਰ ਗੋਆ ਦੇ ਵਿੱਚ 2 ਐਮਐਲਏ ਜਿੱਤੇ ਨੇ ਆਮ ਆਦਮੀ ਪਾਰਟੀ ਦੇ ਤੇ ਇੱਕ ਛੋਟੀ ਜੀ ਪਾਰਟੀ ਜਿਹੜੀ ਪਿਛਲੇ 9 ਸਾਲ ਤੋਂ ਬਣੀ ਐ 10 ਸਾਲ ਤੋਂ ਬਣੀ ਐ ਉਸ ਪਾਰਟੀ ਨੇ ਜਿਹੜੀਆਂ ਪ੍ਰਾਣੀਆਂ ਪਾਰਟੀਆਂ ਨੂੰ ਵਕਤ ਪਾਇਆ ਪਿਆ ਅੱਜ ਰਾਹੁਲ ਗਾਂਧੀ ਤੁਰਿਆ ਫਿਰਦਾ ਜੀ ਪੈਦਲ ਉਹ ਕਿਹੜੇ ਕੰਮ 'ਚ ਪਿਆ ਵਿਆਹ ਵੀ ਕਰਾ ਆਪ ਦਾ ਤੂੰ ਆਪ ਦਾ ਤੇਰਾ ਪ੍ਰਧਾਨ ਮੰਤਰੀ ਬਣਨ ਵਾਲਾ ਹੁਣ ਟੇਵਾ ਨਹੀਂ ਲੱਗਣਾ ਇਹ 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 ਫਲॉप ਉਹ ਕਹਿੰਦੇ ਪ੍ਰਧਾਨ ਬਦਲਤਾ ਜੀ ਹੁਣ ਤਾਂ ਦੇਖੋ ਕਿੰਨੀ ਅਪ ਹੋਊਗੀ ਕਿਹੜਾ ਪ੍ਰਧਾਨ ਬਦਲਤਾ ਜੀ ਕੌਣ ਨੇ ਜੀ ਉਹ ਕੌਣ ਨੇ ਪ੍ਰਧਾਨ ਕਿਸੇ ਨੂੰ ਪਤਾ ਹੀ ਨਹੀਂ ਜੀ ਕੀ ਕੰਟਰੀਬਿਊਸ਼ਨ ਆ ਪਤਾ ਹੀ ਨਹੀਂ ਕਿਸੇ ਨੂੰ ਗਾਂਧੀ ਪਰਿਵਾਰ ਬੈਕ ਤੇ ਰਹਿ ਕੇ ਪ੍ਰਧਾਨਗੀ ਖੁਦ ਕਰ ਰਿਆ ਜੀ ਖੁਦ ਕਰ ਰਿਆ ਰਾਹੁਲ ਗਾਂਧੀ ਚਲੋ ਪ੍ਰਧਾਨ ਖੜਕੜੇ ਸਾਹਿਬ ਲੱਗੇ ਜੀ ਫਿਰ ਰਾਹੁਲ ਗਾਂਧੀ ਸਾਹਿਬ ਬਹਿ ਕੇ ਆਰਾਮ ਨਾਲ ਆਨੰਦ ਲੈਣਾ ਜੀ ਘਰੇ ਬਹਿਣ ਘਰੇ ਘਰੇ ਬਹਿਣ ਉਹ ਕੋਈ ਪੈਦਲ ਯਾਤਰਾ ਕਰ ਰਹੇ ਆ ਜੀ ਕਿਤਨਾ ਕਹਿੰਦੇ ਮਨਚ ਤਾਂ ਲੱਡੂ ਫੁੱਟਦੇ ਹੀ ਆ ਵੀ ਜੇ ਕਿਤੇ ਕਿਤੇ ਬਾਬੇ ਨੇ ਕਿਰਪਾ ਕਰਦੀ ਸ਼ਾਇਦ ਮੇਰਾ ਨੰਬਰ ਲੱਗ ਜੇ ਪ੍ਰਧਾਨ ਮੰਤਰੀ ਦਾ ਇਹ ਲੋਕ ਜਿਹੜੇ ਆ ਨਾ ਇਹਨਾਂ ਨੂੰ ਕੋਈ ਟੱਕਰਿਆ ਨਹੀਂ ਸੀ ਅੱਗੇ ਹੁਣ ਆਵਾਦੀ ਪਾਰਟੀ ਅੱਗੇ ਗੱਲਾਂ ਨਾ ਤਾਤੇ ਮਾਤੇ ਕਰਕੇ ਜਿੱਤ ਜਾਂਦੇ ਸੀ ਹੁਣ ਨਹੀਂ ਜਿੱਤ ਸਕਦੇ ਅਸੀਂ ਦੱਸਾਂਗੇ ਕਿ ਰਾਹੁਲ ਗਾਂਧੀ ਕੀ ਚੀਜ਼ ਆ ਨਰਿੰਦਰ ਮੋਦੀ ਕੀ ਚੀਜ਼ ਆ ਗਾਂਧੀ ਪਰਿਵਾਰ ਕੀ ਚੀਜ਼ ਆ ਬਾਦਲ ਪਰਿਵਾਰ ਕੀ ਚੀਜ਼ ਆ ਕੈਪਟਨ ਕੀ ਚੀਜ਼ ਆ ਜਿਹੜਾ ਬਹੁਤ ਵੱਡਾ ਤਾਸ਼ੀ ਬਣਿਆ ਫਿਰਦਾ ਜੀ ਕਿਸਾਨਾਂ ਦਾ ਦੇਖ ਲਓ ਕੀ ਕੀਤਾ ਉਹਨਾਂ ਨੇ ਜਿਹੜੇ ਕਾਂਗਰਸ ਦੇ ਵਿੱਚ ਮਿਨਿਸਟਰ ਰਹੇ ਸੀ ਬੀਜੇਪੀ ਚਲੇ ਗਏ ਉਹਨਾਂ ਦਾ ਖੋਟਾ ਉਤਰ ਗਿਆ ਨਾ ਜੀ ਕਿਹੜਾ ਮੂੰਹ ਲੈ ਕੇ ਪੰਜਾਬ ਚ ਘੁੰਮਣਗੇ ਜੀ ਜਿਹੜੇ ਕੋਈ ਕਹਿੰਦਾ ਨਾ ਬੀਜੇਪੀ ਕਿਹੜੀ ਬੀਜੇਪੀ ਜੀ ਇਹ ਤਾਂ ਸਕਰਾਇਬ ਆ ਜੀ ਬਚਿਆ ਕੁਝਿਆ ਮਾਲ ਹੈ ਜੀ ਠੀਕ ਹੈ ਨਾ ਹੋਰ ਕਿਸੇ ਨੇ ਲਿਆ ਨਹੀਂ ਉੱਤੇ ਉੱਧਰ ਉੱਧਰ ਚਲੇ ਗਿਆ ਜੀ ਹੁਣ ਜਿਹੜਾ ਸ਼ੁੰਦਰ ਸ਼ਾਮ अरोड़ा ਫੜਿਆ ਜੀ 50 ਲੱਖ ਰੁਪਏ ਦਾ ਇਹ ਕੌਣ ਹੈ ਜੀ ਬੀਜੇਪੀ ਵਾਲਾ ਸੋ ਇਹ ਪਾਰਟੀਆਂ ਜਿਹੜੀਆਂ ਨੇ ਨਾ ਪਾਰਟੀਆਂ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਪਾਰਟੀ ਕੋਈ ਵੀ ਮਾੜੀ ਨਹੀਂ ਹੁੰਦੀ ਬੰਦੇ ਮਾੜੇ ਹੁੰਦੇ ਆ ਇਹਨਾਂ ਪਾਰਟੀਆਂ ਦੇ ਵਿੱਚ ਜਿਹੜੇ ਬੰਦੇ ਨੇ ਨਾ ਇਹਨਾਂ ਦੀ ਨੀਅਤ ਤੇ ਨੀਤੀ ਖਰਾਬ ਹੈ ਇਹਨਾਂ ਦੇ ਮਨ ਦੇ ਵਿੱਚ ਬਿਲਕੁਲ ਕੋਈ ਭੈ ਨਹੀਂ ਕੋਈ ਡਰ ਨਹੀਂ ਵੀ ਸਾਡੀ ਜ਼ਿੰਮੇਵਾਰੀ ਆ ਅਸੀਂ ਕੁਝ ਕਰੀਏ ਨਾਬਾ ਦੀ ਗੱਲ ਕਰ ਲਈਏ ਅੱਗੇ ਵੀ ਕਿੰਨੇ ਐਮਐਲਏ ਆਏ ਨੇ ਜੀ ਮੰਤਰੀ ਵੀ ਬਣੇ ਨੇ ਜੀ ਤੇ ਨਾਬੇ ਦਾ ਫਿਰ ਵਿਕਾਸ ਕਿਉਂ ਨਹੀਂ ਹੋਇਆ ਜੀ ਸੀਵਰੇਜ ਦਾ ਕੰਮ ਨਹੀਂ ਹੋਇਆ ਟਰੈਫਿਕ ਦੀ ਸਮੱਸਿਆ ਇੱਥੇ ਆ ਕਿਲੇ ਦੀ ਸਾਮ ਸੰਭਾਲ ਨਹੀਂ ਕੀਤੀ ਕੂੜਾ ਸੜਕਾਂ ਦੇ ਰੁੜਿਆ ਫਿਰਦਾ ਸੀ ਮੇਰੇ ਵਰਗਾ ਇੱਕ ਨਾਰਮਲ ਬੰਦਾ ਮੈਂ ਐਮਐਲਏ ਆ ਨਾਬੇ ਤੋਂ ਔਰ ਮੈਂ ਕਿਰਾਏ ਤੇ ਰਹਿਣਾ ਜੀ ਜੇ ਮੈਂ ਚਾਹਾਂ ਮੈਂ ਵੀ ਤਾਂ ਕੋਠੀ ਪਾ ਸਕਦਾ ਪਰ ਸਾਡੀ ਨਹੀਂ ਭਾਵਨਾ ਜੀ ਅਸੀਂ ਕਹਿੰਦੇ ਪਹਿਲਾਂ ਲੋਕਾਂ ਦੀ ਸੇਵਾ ਕਰਨੀ ਆ ਅਸੀਂ ਠੀਕ ਹੈ ਨਾ ਤੇ ਇਹ ਇਹ ਜਿਹੜੀ ਇੱਕ ਬਦਲਾਅ ਹੈ ਨਾ ਜਿਹੜਾ ਕਹਿੰਦੇ ਬਦਲਾਅ ਕਿਹੜਾ ਕਿਹੜਾ ਬਦਲਾਅ ਇਹੀ ਬਦਲਾਅ ਹੈ ਜੀ ਇਹੀ ਬਦਲਾਅ ਹੈ ਅੱਜ ਬੀਜੇਪੀ ਕਾਂਗਰਸ ਜਿਹੜਾ ਵੀ ਕੰਮ ਕਰਨਾ ਚਾਹੁੰਦੀ ਆ ਉਹ ਕੰਮ ਨਹੀਂ ਹੋਣਾ ਕਿਉਂ ਨਹੀਂ ਹੋਣਾ ਲੋਕ ਸਮਝ ਚੁੱਕੇ ਆ 2000 ਤੋਂ ਬਾਅਦ ਦੀ ਪੀੜ੍ਹੀ ਜਿਹੜੀ ਪਹਿਲੀ ਵਾਰ ਵੋਟ ਪਾ ਰਹੀ ਐ ਉਹਨੂੰ ਗੱਲ ਸਮਝਾ ਗਈ ਕਿ ਇੰਨਾ ਪ੍ਰਾਣੇ ਕਿਸੇ ਪਿਟੇ ਲੀਡਰਾਂ ਨੂੰ ਵੋਟਾਂ ਪਾ ਕੇ ਸਾਡਾ ਕੱਖ ਨਹੀਂ ਬਣਨਾ ਇੱਥੇ ਮਾਡਰਨ ਇੱਥੇ ਤੇਜ਼ ਤਰਾਰ ਇੱਥੇ ਲੋਕਾਂ ਦੀ ਗੱਲ ਕਰਨ ਵਾਲੇ ਲੋਕਾਂ ਨਾਲ ਖੜਨ ਵਾਲੇ ਜਿਹੜੇ ਖੁਦ ਫੋਨ ਤੇ ਗੱਲ ਕਰਦੇ ਹਣ ਲੋੜ ਪਵੇ ਤਾਂ ਖੁਦ ਮੋਰੇ ਹੋ ਕੇ ਖੜਦੇ ਆ ਇਹੋ ਜਿਹੇ ਲੀਡਰਾਂ ਦੀ ਲੋੜ ਆ ਇਹ ਤਾਂ ਘਰੇ ਚਲੇ ਜਾ ਕੁੰਡਾ ਨਹੀਂ ਖੋਲਦੇ ਇਹ ਲੋਕ ਕਿਵੇਂ ਵਿਸ਼ਵਾਸ ਕਰਨਗੇ ਇਹਨਾਂ ਤੇ ਮੈਂ ਐਮਐਲ ਨੇ ਜੀ 24 ਘੰਟੇ ਮੇਰੇ ਦਰਵਾਜ਼ੇ ਖੁੱਲੇ ਨੇ ਕਰਦੇ ਜੀ ਦਫ਼ਤਰ ਖੁੱਲਾ ਹੁੰਦਾ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਜਦੋਂ ਮਰਜ਼ੀ ਆਓ ਫੋਨ ਠੀਕ ਹੈ ਨਾ ਸਭ ਲਈ ਹਾਜ਼ਰ ਇਹ ਬਹੁਤ ਵੱਡੀ ਉਹਦੇ ਵਿੱਚ ਇੱਕ ਤਾਂ ਫਿਟਨੈਸ ਚਾਹੀਦੀ ਹੈ ਜੀ ਇਹਨਾਂ ਦੇ ਸਭ ਦੇ ਡਿੱਡ ਢਿੱਡ ਨੇ ਜੀ ਕਿਸੇ ਨੂੰ ਤੁਰਿਆ ਨਹੀਂ ਜਾਂਦਾ ਕਿ ਉਹਦੇ ਬੈਠਿਆ ਨਹੀਂ ਜਾਂਦਾ ਇਹ ਕੀ ਮੁਕਾਬਲਾ ਕਰਨਗੇ ਜੀ ਸਾਡੇ ਜਿੰਨੇ ਲੀਡਰ ਨੇ ਸਾਡੇ ਲੀਡਰ ਜਿਹੜੇ ਨੇ ਯੰਗ ਨੇ ਖੂਨ ਗਰਮ ਹੈ ਕੰਮ ਕਰਨਾ ਚਾਹੁੰਦੇ ਆ ਔਰ ਕਰਕੇ ਦਿਖਾ ਰਹੇ ਆ ਬਿਲਕੁਲ ਤਈਓ ਤਈਓ ਕਹਿੰਦੇ ਨੇ ਕਿ ਐਮ ਐਲ اے ਨੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਜੀ ਵੀ ਉਹਨਾਂ ਦੀ ਮੈਰਿਜਾਂ ਹੋ ਰਹੀਆਂ ਨੇ ਵੀ ਪਹਿਲੀ ਵਾਰੀ ਐਮ ਐਲ اے ਦੀਆਂ ਮੈਰਿਜਾਂ ਦੇਖ ਰਹੇ ਆ ਕਿਉਂਕਿ ਪਹਿਲਾਂ ਤਾਂ ਮਤਲਬ 60 65 ਸਾਲ ਤੋਂ ਉੱਪਰ ਹੁੰਦੇ ਤਾਂ ਮੈਰਿਜ ਨਹੀਂ ਦੇਖਦੇ ਤੇ ਹੁਣ ਤਾਂ ਨੌਜਵਾਨ ਆਏ ਨੇ ਤਾਂ ਮੈਰਿਜਾਂ ਦੇਖ ਰਹੇ ਨੇ ਇਹ ਬਿਲਕੁਲ ਸਹੀ ਗੱਲ ਹੈ ਅੱਗੇ ਮੈਰਿਜਾਂ ਲੀਡਰਾਂ ਦੇ ਨਿਆਣੇ ਦੇ ਦੇਖਦੇ ਹੁੰਦੇ ਸੀ ਵੀ ਫੁਲਾਣੇ ਲੀਡਰ ਦੇ ਮੁੰਡੇ ਦਾ ਵਿਆਹ ਜੀ ਉਥੇ ਚੱਲ ਫਿਰ ਜਿੰਨੇ ਕੜਮ ਚੌਧਰੀ ਗਿਫਟ ਚੱਲ ਰਹੇ ਆ ਟ ਠੀਕ ਹੈ ਜੀ ਮਸਾਲੇ ਗਰਮ ਕੋਈ ਲਿਆ ਰਿਆ दारू ਕੋਈ ਲਿਆ ਰਿਆ ਠੀਕ ਹੈ ਨਾ ਜੀ ਇਥੋਂ ਤੱਕ ਕੇ ਜਿਹੜੇ ਪੈਸੇ ਛੱਡਦੇ ਸੀ ਉਹ ਵੀ ਕੋਈ ਦਿਨ ਪਾ ਦਿੰਦਾ ਜੇਬ ਵਿੱਚ ਵੀ ਆ ਛੱਡ ਦਿਓ ਜੀ ਪੈਸੇ ਉਹ ਕਲਚਰ ਖਤਮ ਹੋ ਗਿਆ ਸਾਡੇ ਹੁਣ ਵਿਆਹ ਕੀਤਾ ਭਗਵੰਤ ਮਾਨ ਸਾਹਿਬ ਨੇ ਮੁੱਖ ਮੰਤਰੀ ਦਾ ਵਿਆਹ ਹੋਇਆ ਕਿ ਨਹੀਂ ਹੋਇਆ ਜੀ ਸਭ ਨੇ ਦੇਖਿਆ ਮੈਂ ਬੋਲੀਆਂ ਪਾਈਆਂ ਲੱਡੂ ਬੰਡੇ ਭੰਗੜੇ ਪਾਏ ਬਿਲਕੁਲ ਸਿੰਪਲ ਐਂਡ ਸੋਵਰ ਸਾਡੀ ਪੈਨ ਰਿੰਦਰਕੌਰ ਭਰਾਸ ਦਾ ਵਿਆਹ ਹੋਇਆ ਐਮਐਲਏ ਸੰਗਰੂਰ ਬਿਲਕੁਲ ਸਿੰਪਲ ਐਂਡ ਸੋਵਰ ਠੀਕ ਹੈ ਜੀ ਸਾਡੇ ਦੋ ਤਿੰਨ ਹੋਰ ਐਮਐਲਏ ਪਏ ਨੇ ਮੀਤheer ji ਪਏ ਨੇ ਹਰਜੋਤ ਬੈਂਸਾ ਪਏ ਨੇ ਕਈ ਐਮਐਲਏ ਸਾਡੇ ਪਏ ਨੇ ਅਸੀਂ ਤਾਂ ਕਹਿੰਨੇ ਵੀ ਭਾਈ ਵਿਆਹ ਵੀ ਕਰਾਓ ਭੰਗੜੇ ਪਾਈਏ ਇਹ ਨਵੀਂ ਇਹ ਵੀ ਇੱਕ ਨਵਾਂ ਟ੍ਰੈਂਡ ਹੈ ਜੀ ਇੰਟਰਟੇਨਮੈਂਟ ਵੀ ਚੱਲਦਾ ਰਹੇ ਨਾਲ ਇੰਟਰਟੇਨਮੈਂਟ ਲਾਈਫ ਦਾ ਪਾਰਟ ਹੈ ਪਰਿਵਾਰ ਇੱਕ ਮੈਰਿਜੇ ਸਾਡੀ ਲਾਈਫ ਦਾ ਪਾਰਟ ਆ ਸਾਡਾ ਸੱਭਿਆਚਾਰਾ ਸਾਡਾ ਕਲਚਰ ਆ ਨਾਲੇ ਹੁਣ ਤਾਂ ਐਮਐਲਏ ਦੀ ਕੈਟਾਗਰੀਆਂ ਲਾਈ ਆ ਜੀ ਗਾਉਣ ਵਾਲੇ ਵੀ ਐਮਐਲਏ ਨੇ ਮੈਂ ਲਾ ਸਾਰੀਆਂ ਜੇ ਵਿਆਹ ਚ ਆਪਾਂ ਦੇਖੀਏ ਵੀ ਉਹ ਕੈਟਾਗਰੀਆਂ ਦੇ ਐਮਐਲਏ ਹੈਗੇ ਨੇ ਸਰ ਇਹੀ ਖੂਬਸੂਰਤੀ ਆ ਆਮ ਆਦਮੀ ਪਾਰਟੀ ਦੀ ਆਮ ਪਾਰਟੀ ਚ ਗਾਇਕ ਵੀ ਨੇ ਆਮ ਪਾਰਟੀ ਚ ਐਕਟਰ ਵੀ ਨੇ ਆਮ ਪਾਰਟੀ ਚ ਡਾਕਟਰ ਵੀ ਨੇ ਆਮ ਪਾਰਟੀ ਚ ਸਮਾਜ ਸੇਵੀ ਵੀ ਨੇ ਆਮ ਆਦਮੀ ਪਾਰਟੀ ਦੇ ਵਿੱਚ ਅਲੱਗ ਅਲੱਗ ਕਿਸਮ ਦੇ ਸਾਰੇ ਲੋਕ ਨੇ ਜੀ ਜਿਹੜੇ ਆਮ ਪਾਰਟੀ ਦਾ ਇੱਕ ਗੁਲਦਸਾ ਬਣਦਾ ਗੁਲਦਸਾ ਇੱਕ ਰੰਗ ਦਾ ਇਹਨਾਂ ਦਾ ਇੱਕ ਰੰਗ ਦਾ ਗੁਲਦਸਾ ਸੀ ਬੀਜੇਪੀ ਕਾ ਵੀ ਇੱਕੋ ਤਰ੍ਹਾਂ ਦੇ ਉਹੀ ਚਿਹਰੇ ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਆਮਾ ਦੀ ਪਾਰਟੀ ਦਾ ਗੁਲਦਸਾ ਬਿਲਕੁਲ ਫਰੈਸ਼ਰ ਰੰਗ ਬਰੰਗੇ ਫੁੱਲ ਨੇ ਕੋਈ ਚਿੱਟਾ ਕੋਈ ਨੀਲਾ ਕੋਈ ਪੀਲਾ ਉਹ ਸੋਹਣਾ ਵੀ ਲੱਗਦਾ ਜੀ ਸੋ ਅਸੀਂ ਸਾਰੇ ਜਿਹੜੇ ਆ ਉਹ ਅਸੀਂ ਬਿਲਕੁਲ ਫਰੈਸ਼ ਆ ਜਦੋਂ ਇੱਕ ਗੱਲ ਮੈਂ ਅਕਸਰ ਕਹਿੰਦਾ ਕਿ ਬਦਲਾਅ ਦੇ ਵਿੱਚ ਨਾ ਤਬਦੀਲੀ ਦੇ ਵਿੱਚ ਹਮੇਸ਼ਾ ਲੋਕਾਂ ਦਾ ਫਾਇਦਾ ਹੁੰਦਾ ਹੈ ਇੱਕ ਦੁਕਾਨ ਹੋਵੇ ਗਾਹ ਕਾ ਆਪਣੀ ਮਰਜ਼ੀ ਗਾਹ ਕੋ ਆਪਣੀ ਮਰਜ਼ੀ ਦਾ ਰੇਟ ਲਾਉਂਦਾ ਦੁਕਾਨ ਦਾ ਲਾਉਂਦਾ ਕਿ ਲਾਉਂਦਾ ਦੂਜੀ ਖੁੱਲ ਜਵੇ ਫਿਰ ਸੋਚ ਕੇ ਲਾਉਂਦਾ ਤੀਜੀ ਖੁੱਲ ਜਵੇ ਤਾਂ ਫਿਰ ਉਹ ਸਾਰੇ ਦੋਨੇ ਸੋਚ ਕੇ ਲਾਉਂਦੇ ਵੀ ਜੇ ਕਿਤੇ ਇਹਨੇ ਰੇਟ ਘਟਾਤਾ ਸਾਡੀ ਦੁਕਾਨਦਾਰੀ ਬੰਦ ਹੋ ਜਾਣੀ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਹੁਣ ਜਦੋਂ ਆਈ ਹੈ ਨਾ ਜੀ ਇਹਨਾਂ ਦੀਆਂ ਦੁਕਾਨਦਾਰੀਆਂ ਬੰਦ ਹੋ ਗਈਆਂ ਅਸੀਂ ਈਜ਼ੀ ਐਕਸੈਸ ਕਰਤਾ ਵੀ ਐਮ ਐਲ ਏ ਇਹਨਾਂ ਨੇ ਰੱਬ ਬਣਾਇਆ ਪਿਆ ਸੀ ਵੀ ਐਮ ਐਲ ਏ ਬਹੁਤ ਵੱਡੀ ਚੀਜ਼ ਹੁੰਦੀ ਹੈ ਮੰਤਰੀ ਬਹੁਤ ਵੱਡੀ ਚੀਜ਼ ਹੁੰਦੀ ਹੈ ਸਾਡੇ ਮੰਤਰੀ ਚੇਤਨ ਸਿੰਘ ਜੋੜੇ ਮਾ ਅੱਗੇ ਕੋ ਕਰਦਾ ਸੀ ਅੱਗੇ ਕਰਦਾ ਸੀ ਕਾਂਗਰਸ ਕਾਲੀ ਐਮਐਲਕੇ ਦੇਖਿਆ ਤੁਸੀਂ ਮਿਨਿਸਟਰ ਵੀ ਕੋਈ ਹੈਲਥ ਮਿਨਿਸਟਰ ਦਾ ਘੁੰਮਦਾ ਪਹਿਲੀ ਵਾਰ ਹੋਇਆ ਕੈਪਟਨ ਮਿੰਦਰ ਸਿੰਘ ਦੋ ਵਾਰ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ ਰਜਿੰਦਰਾ ਹਸਪੀਟਲ ਦੀ ਕੰਦ ਲੱਗਦੀ ਉਹਨਾਂ ਦੇ ਨਾਲ ਕਦੇ ਆਏ ਨੇ ਰਜਿੰਦਰਾ ਹਸਪੀਟਲ ਚ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਬਿਨਾਂ ਦੱਸਿਆਂ ਤੋਂ ਉਹਨਾਂ ਨੇ ਆ ਕੇ ਜਦੋਂ ਚੈੱਕ ਕੀਤਾ ਤੁਸੀਂ ਵੀਡੀਓ ਵੀ ਦੇਖਿਆ ਨੇ ਕਿਵੇਂ ਆ ਕੇ ਇਕੱਲੇ ਇਕੱਲੇ ਮਰੀਜ਼ ਨੂੰ ਗੱਲ ਨਾਲ ਲਾ ਕੇ ਉਹਦਾ ਹਾਲ ਪੁੱਛ ਰਿਹਾ ਜੀ ਇਹ ਤਬਦੀਲੀ ਹੈ ਜੀ ਪੰਜਾਬ ਦੇ ਲੋਕ ਐਵੇਂ ਹੀ ਦੁਖੀ ਤੇ ਜੀ ਉਹ ਚਾਹੁੰਦੇ ਤੇ ਕਿ ਵਧੀਆ ਹੁਣ ਦੇਖਣਾ ਇਹੀ ਹੋਵੇਗਾ ਵੀ 7 ਮਹੀਨਿਆਂ ਚ ਕਾਰਗੁਜ਼ਾਰੀ ਜਿਹੜੀ ਹੋਈ ਆ ਤੇ ਆਉਣ ਵਾਲੇ ਸਮੇਂ ਚ ਕਿੰਨੀ ਕੁ ਪਾਰਟੀ ਕਰਦੀ ਆ ਵੀ ਕਹਿੰਦੇ ਇਹ ਵੀ ਗੱਲ ਕਹਿ ਰਹੇ ਨੇ ਵੀ ਕੰਮ ਬੋਲਦੇ ਨੇ ਉਹ ਲਿਖਣ ਦੀ ਵੀ ਲੋੜ ਨਹੀਂ ਵੀ ਲੋਕ ਆਪ ਹੀ ਕਹਿਣਗੇ ਵੀ ਹਾਂ ਜੀ ਬੋਲਦੇ ਅਸੀਂ ਤਾਂ ਬੋਰਡ ਲਾਤੇ ਵੀ ਅਸੀਂ ਨਹੀਂ ਸਾਡਾ ਕੰਮ ਬੋਲਦਾ ਜੀ ਠੀਕ ਹੈ ਨਾ ਕੰਮ ਕਰਿਆਂ ਤੋਂ ਚੰਨ ਚੜਿਆ ਕੋ ਲਾਲਮ ਦੇਖੇ ਜੋ ਚੰਨ ਚੜਦਾ ਕਿਹਨੂੰ ਦੱਸਣ ਦੀ ਲੋੜ ਤਾਂ ਨਾ ਵੀ ਚੰਨ ਚੜ ਗਿਆ ਜੀ ਉਹ ਤਾਂ ਆਪਣੇ ਆਪ ਦੇਖੂਗਾ ਜੀ ਫਿਰ ਉਹੀ ਉਹੀ ਮਾਨ ਸਾਹਿਬ ਅੱ비 ਬੋਰਡ ਲਾਉਣ ਦੀ ਲੋੜ ਹੀ ਨਹੀਂ ਸੀ ਜੀ ਉਹ ਤਾਂ ਲੋਕ ਆਪੇ ਕਹਿਣਗੇ ਜੀ ਵੀ ਬੋਰਡਾਂ ਤੇ ਕਾਹਨੂੰ ਖਰਚਾ ਕਰੈ ਨਹੀਂ 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 ਕਈ ਚੀਜ਼ਾਂ ਦੱਸਣ ਵਾਸਤੇ ਨਾ ਜੀ ਜੇ ਆਪਾਂ ਕਹੀ ਵੀ ਉਥੇ ਮਾਸਟਰ ਨੇ ਪੜ੍ਹਾਤਾ ਠੀਕ ਹੈ ਜੀ ਵੀ ਸੁਣ ਕੇ ਆ ਜਾਓ ਉਥੇ ਕਿਤਾਬ ਤਾਂ ਜ਼ਰੂਰੀ ਹੈ ਨਾ ਰਿਮਾਈਂਡ ਕਰਾਉਣਾ ਜ਼ਰੂਰੀ ਹੈ ਨਾ ਕਈ ਚੀਜ਼ਾਂ ਜਿਹੜੀਆਂ ਪੋਜ਼ਿਟਿਵ ਮੈਸੇਜ ਦੇਣ ਲਈ ਇਹ ਬਣੀਆਂ ਨੇ ਜੀ ਐਡਵਰਟਾਈਜ਼ਮੈਂਟ ਬਣੀਆਂ ਸਮੁੰਦਰ ਦੇ ਵਿੱਚ ਇੱਕ ਮੱਛੀ ਇੱਕ ਮੁਰਗੀ ਪਿੰਡ ਦੇ ਵਿੱਚ ਇੱਕ ਆਂਡਾ ਦਿੰਦੀ ਹੈ ਜੀ। ਕੁਕੜੂ-ਕੁੜੂ, ਕੁਕੜੂ-ਕੁੜੂ, ਕੁਕੜੂ-ਕੁੜੂ ਕਰਕੇ ਪੂਰੇ ਪਿੰਡ ਨੂੰ ਦੱਸ ਦਿੰਦੇ ਵੀ ਮੈਂ ਆਂਡਾ ਦੇਤਾ। ਇਸ ਕਰਕੇ ਜਿਹੜੀ ਕਈ ਵਾਰੀ ਐਡਵਰਟਾਈਜ਼ਮੈਂਟ ਵੀ ਅਵੇਅਰਨੈਸ ਕਰਨ ਵਾਸਤੇ ਜ਼ਰੂਰੀ ਹੈ ਭਾਈ ਆਹ ਕੰਮ ਕਰਦੇ। ਆਪਾਂ ਇੱਥੇ ਪੁੱਛੋ ਕਿਸੇ ਨੂੰ ਕਿਹੜੇ-ਕਿਹੜੇ ਕੰਮ ਕਰਦੇ। ਅੱਧਿਆਂ ਨੂੰ ਤਾਂ ਪਤਾ ਹੀ ਨਹੀਂ ਜੀ। ਉਹਨਾਂ ਨੂੰ ਦੱਸਣਾ ਜ਼ਰੂਰੀ ਹੈ। ਇਸ ਕਰਕੇ ਸਾਡਾ ਫਰਕ ਇਹ ਹੈ ਅਸੀਂ ਕੰਮ ਕਰਕੇ ਬੋਰਡ ਲਾਉਨੇ ਆ। ਕਾਲੀ ਕਾਂਗਰਸ ਸੀ ਕੰਮ ਵੀ ਨਹੀਂ ਕਰਦੇ ਸੀ, ਬੋਰਡ ਵੀ ਲਾਉਂਦੇ ਸੀ ਤੇ ਉਲਟਾ ਭਾਰ ਵੀ ਪਾਉਂਦੇ ਸੀ ਪੰਜਾਬ ਤੇ। ਜੀ ਚਾਚੂ ਮਾਨ ਸਾਹਿਬ ਬਣਾਓ ਜਨਮ ਦਿਨ ਜੀ ਬਹੁਤ ਬਹੁਤ ਮੁਬਾਰਕਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਜਿਹੜਾ ਬੜਾ ਪਪੂਲਰ ਚੈਨਲ ਆ ਔਰ ਤੁਸੀਂ ਤਾਂ ਜਿੰਨੇ ਮੇਰੇ ਇੰਟਰਵਿਊਜ਼ ਕੀਤੀਆਂ ਸਾਰੇ ਬੜਾ ਪਿਆਰ ਬੜਾ ਮੁਹੱਬਤ ਦਿੰਦੇ ਨੇ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਅਸੀਂ ਵਿਸ਼ੇਸ਼ ਤੌਰ ਤੇ ਆਏ ਹਾਂ ਬਹੁਤ-ਬਹੁਤ ਮਿਹਰਬਾਨੀ ਸੋ ਹਲਕਾ ਨਾਬਾ ਤੋਂ ਐਮਐਲਏ ਗੁਰਦੇਵ ਸਿੰਘ ਦੇਮਨ ਜੋ ਆਪਣਾ ਜਨਮ ਦਿਨ ਮਨਾ ਰਹੇ ਨੇ ਅਤੇ ਵਿਰੋਧੀ ਪਾਰਟੀਆਂ ਨੂੰ ਘੇਰਿਆ ਸਾਰੀਆਂ ਪਾਰਟੀਆਂ ਨੂੰ ਇਸ ਤਰੀਕੇ ਨਾਲ ਘੇਰਿਆ ਕਿ ਆਮ ਆਦਮੀ ਪਾਰਟੀ ਪੂਰੇ ਦੇਸ਼ 'ਚ ਵੱਡਾ ਬਦਲਾਅ ਲੈ ਕੇ ਆ ਰਹੀ ਆ ਹੁਣ ਪੰਜਾਬ ਉਸ ਤੋਂ ਬਾਅਦ ਗੁਜਰਾਤ ਤੇ ਹਿਮਾਚਲ ਵਿੱਚ ਵੀ ਵੱਡੀ ਜਿੱਤ ਦਰਜ ਕਰੇਗੀ ਆਮ ਆਦਮੀ ਪਾਰਟੀ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈ